ਹਾਜ਼ਰ ਤਸਵੀਰੀ ਦੁਨੀਆ ਦੇ ਦੋਸਤੋ ਅਸਲਾਮ ਅਲੈਕਮ ਮੈਂ ਮਕਸੂਦ ਅਤੇ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਪੰਜਾਬੀ ਸੈਰ ਸਪਾਟਾ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਨਵੀਂ ਤੋਂ ਨਵੀਂ ਜਗ੍ਹਾ ਦੀ ਸੈਰ ਔਰ ਨਵੀਂ ਤੋਂ ਨਵੀਂ ਜਗ੍ਹਾ ਦੀ ਮਾਲੂਮਾਤ ਦਿੰਦੇ ਹਾਂ ਅਤੇ ਅੱਜ ਅਸੀਂ ਤੁਹਾਡੇ ਵਾਸਤੇ ਬੜਾ ਇੰਟਰਸਟਿੰਗ ਜਿਹਾ ਮਾਹੌਲ ਬੜਾ ਜ਼ਬਰਦਸਤ ਜਿਹਾ ਮਾਹੌਲ ਅਤੇ ਪਾਕਿਸਤਾਨ ਦਾ ਟੈਲੈਂਟ ਇਹ ਦਿਖਾਉਣ ਵਾਲੇ ਹਾਂ ਔਰ ਇਸ ਤੋਂ ਪਹਿਲੇ ਕਿ ਅਗਰ ਤੁਸੀਂ ਇਸ ਚੈਨਲ 'ਤੇ ਨਵੇਂ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਬੈਲ ਦੇ ਆਈਕਨ ਨੂੰ ਪ੍ਰੈਸ ਕਰ ਦਿਓ ਔਰ ਜਿਤਨੇ ਲੋਕਾਂ ਨੇ ਪਹਿਲੇ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਅਤੇ ਉਹਨਾਂ ਦਾ ਅਸੀਂ ਜੀ ਤਹਿ ਦਿਲ ਦੇ ਨਾਲ ਸ਼ੁਕਰੀਆ ਅਦਾ ਕਰਦੇ ਹਾਂ ਅਤੇ ਅਸੀਂ ਜੀ ਤੁਹਾਨੂੰ ਬੱਚਿਆਂ ਦੀ ਦਿਖਾਉਣ ਵਾਲੇ ਹਾਂ ਜੀ ਜਿਮਨਾਸਟਿਕ ਜਿਮਨਾਸਟਿਕ ਮੈਂ ਨਾ ਕਿ ਤੁਸੀਂ ਦੇਖਿਆ ਹੋਣਾ ਕਿ ਬੱਚੇ ਨੌਜਵਾਨ ਜਿਹੜੇ ਨੇ ਕਿ ਕਲਾਬਾਜ਼ੀਆਂ ਲਗਾਉਂਦੇ ਨੇ ਨਾ ਅੱਜ ਅਸੀਂ ਤੁਹਾਨੂੰ ਉਹਨਾਂ ਦੀਆਂ ਜਿਹੜਾ ਨਾ ਕਲਾਬਾਜ਼ੀਆਂ ਦਿਖਾਉਣ ਵਾਲੇ ਹਾਂ ਅਤੇ ਪਹਿਲੀ ਪੁਜ਼ੀਸ਼ਨ ਇਹ ਤੁਸੀਂ ਦੇਖ ਰਹੇ ਜੇ ਬੱਚਾ ਅਤੇ ਬੱਚਾ ਜਨਾਬ ਹੈ ਛੋਟਾ ਜਿਹਾ ਇੱਕ 12-14 ਸਾਲ ਦੀ ਉਮਰ ਹੈ ਅਤੇ ਇਹ ਦੇਖੋ ਤੁਸੀਂ ਕਿਸ ਤਰ੍ਹਾਂ ਜਿਮਨਾਸਟਿਕ ਕਰ ਰਿਹਾ ਔਰ ਕਿਸ ਤਰ੍ਹਾਂ ਜਨਾਬ ਇਹਨੂੰ ਕਿਹਾ ਜਾਂਦਾ ਜੀ ਬੈਕ ਸਲਿਪ ਇਹ ਲਗਾ ਰਿਹਾ ਬੱਚਾ ਜੀ ਬੈਕ ਸਲਿਪ ਆ ਔਰ ਇਸ ਟਾਈਮ ਇਹ ਜਿਹੜਾ ਕਿ ਜਗ੍ਹਾ ਵੇ ਇਹ ਜੀ ਬਿਸਮਿਲਾ ਪਾਰਕ ਹੈ ਗੁਲਾਮਾਬਾਦ ਦੇ ਵਿੱਚ ਐਮ ਸੀ ਸਕੂਲ ਉਹਦੀ ਬੈਕ ਸਾਈਡ ਦੇ ਉੱਤੇ ਜਿਹੜਾ ਨਾ ਐਮ ਸੀ ਸਕੂਲ ਹੈ ਔਰ ਸਕੂਲ ਦੇ ਵਿੱਚ ਜਿਹੜਾ ਨਾ ਇਹ ਡੇਲੀ ਰੋਜ਼ਾਨਾ ਹੀ ਸ਼ਾਮ ਨੂੰ ਤਕਰੀਬਨ 4 ਤੋਂ 5 ਵਜੇ ਜਿਹੜਾ ਨਾ ਇਹ ਗੇਮ ਜਿਹੜੀ ਹੈ ਨਾ ਬੱਚੇ ਕਰਦੇ ਨੇ ਅਤੇ ਇਹ ਬੱਚਿਆਂ ਦੇ ਉਸਤਾਦ ਨੇ ਜੀ ਜਿਹੜਾ ਬੈਕ ਸਲਿਪਾਂ ਔਰ ਸੰਭਰ ਸੱਟਾਂ ਜਿਹੜੀਆਂ ਨੇ ਉਹ ਮਾਰ ਰਹੇ ਨੇ ਅਤੇ ਬੜਾ ਇੱਕ ਜ਼ਬਰਦਸਤ ਅਸੀਂ ਤੁਹਾਨੂੰ ਸਲੋ ਦੇ ਵਿੱਚ ਦਿਖਾ ਰਹੇ ਹਾਂ ਉਹਦੀ ਕਾਰਕਰਦਗੀ ਬੱਚੇ ਦੀ ਕਮਾਲ ਦੀ ਹੈ ਜੀ ਜਨਾਬ ਇਹ ਬੜੀ ਗੱਲ ਹੈ ਜੀ ਬੜਾ ਬੰਦੇ ਦਾ ਜਿਹੜਾ ਕਿ ਸਟੈਮਿਨਾ ਹੈ ਬੜੀ ਕਾਰਕਰਦਗੀ ਹੈ ਅਤੇ ਬੈਕ ਸਲਿਪਾਂ ਜਿਹੜਾ ਕਿ ਲਗਾ ਰਿਹਾ ਔਰ ਬੜਾ ਕਮਾਲ ਦਾ ਜੀ ਇਹ ਇਸ ਟਾਈਮ ਜਿਹੜਾ ਕਿ ਮਾਹੌਲ ਬਣਿਆ ਹੋਇਆ ਔਰ ਤੁਸੀਂ ਇਹ ਦੇਖ ਰਹੇ ਜੇ ਕਿ ਮਿਹਨਤ ਕਿਸ ਤਰ੍ਹਾਂ ਹੁੰਦੀ ਹੋਏਗੀ ਅਤੇ ਤੁਸੀਂ ਬਿਹਤਰ ਜਾਣਦੇ ਜੇ ਕਿ ਇਸ ਸਟੇਜ ਦੇ ਉੱਤੇ ਪਹੁੰਚਣ ਵਾਸਤੇ ਇਨਸਾਨ ਨੂੰ ਜਿਹੜਾ ਕਿ ਉਹ ਬੜੀ ਮਿਹਨਤ ਕਰਨੀ ਪੈਂਦੀ ਹੈ ਜੀ ਅਤੇ ਇਸ ਮਿਹਨਤ ਬੰਦਾ ਜਦੋਂ ਕਰਦਾ ਹੋਵੇ ਤਾਂ ਫਿਰ ਮਾਲਕ ਜਿਹੜਾ ਨਾ ਉਸ ਮਿਹਨਤ ਦਾ ਜਿਹੜਾ ਫਲ ਹੈ ਨਾ ਉਹ ਤਾਂ ਕਰ ਦਿੰਦਾ ਕਿਉਂਕਿ ਮਾਲਕ ਕਿਸੇ ਦੀ ਮਿਹਨਤ ਨੂੰ ਜਿਹੜਾ ਨਾ ਉਹ ਰੈਗਾ ਨਹੀਂ ਜਾਣ ਦਿੰਦਾ ਅਤੇ ਅਸੀਂ ਇਸ ਟਾਈਮ ਇਹਨਾਂ ਦੋਨਾਂ ਨੂੰ ਹੀ ਅਸੀਂ ਇਕੱਠਿਆਂ ਕਰ ਦਿੱਤਾ ਹੋਵੇ ਅਤੇ ਇਹ ਦੇਖੋ ਕੈਸਾ ਸਟੈਮਿਨਾ ਬੱਚੇ ਦਾ ਔਰ ਉਸਤਾਦ ਦਾ ਦੋਨਾਂ ਦਾ ਮੁਕਾਬਲਾ ਜੀ ਬੜਾ